ਜੈਨੇਟ ਜੈਲਨ ਨੇ ਇਹ ਕਿਹਾ ਵੀ ਆਈਆਰਐਸ ਦਾ ਜੋ ਪੇਪਰਲੈਸ ਸਿਸਟਮ ਆ ਉਹ ਡੈਫਿਸਟ ਨੂੰ ਬਹੁਤ ਜ਼ਿਆਦਾ ਘਟਾ ਦੇਊਗਾ ਆਉਣ ਵਾਲੇ ਦਸਾਂ ਸਾਲਾਂ ਦੇ ਵਿੱਚ ਟ੍ਰੇਜ਼ਰ ਸੈਕਟੀ ਜੈਨੇਟ ਜੈਲਨ ਨੇ ਇਹ ਕਿਹਾ ਕਿ ਆਈਆਰਐਸ ਨੇ ਐਫੀਓ ਸੈਗਮੈਂਟ ਇੱਕ ਇਨੀਸ਼ੀਅਲੇਸ਼ਨ ਰਿਡਕਸ਼ਨ ਐਕਟ ਦੇ ਅੰਦਰ ਕਹਿੰਦੇ ਵੀ 2.6 ਟ੍ਰਿਲੀਅਨ ਡਾਲਰ ਆਉਣ ਵਾਲੇ ਦਸਾਂ ਸਾਲਾਂ ਚ ਆਈਆਰਐਸ ਦਾ ਜਿਹੜਾ ਡੈਫਿਸਟ ਆ ਜੋ ਘਟ ਘਟੇ ਵਾਲਾ ਬਜਟ ਆ ਉਹੋ ਖਤਮ ਹੋ ਸਕਦਾ ਜੇ ਏਜੰਸੀ 200 ਮਿਲੀਅਨ ਦੇ ਕਰੀਬ ਜਿਹੜੇ ਪੇਪਰ ਡਾਕੂਮੈਂਟਸ ਆ ਹਰ ਸਾਲ ਉਹਨਾਂ ਦੇ ਕੋਲ ਜਾਂਦੇ ਆ ਜਿਹਨੂੰ ਪ੍ਰੋਸੈਸ ਕਰਨ ਦੇ ਉਤੇ 40 ਮਿਲੀਅਨ ਡਾਲਰ ਦੇ ਕਰੀਬ ਹਰ ਸਾਲ ਲੱਗਦਾ ਉਸ ਨੂੰ ਬੰਦ ਕਰ ਦਿੱਤਾ ਜਾਵੇ ਉਹਨਾਂ ਨੇ ਕਿਹਾ ਵੀ ਕਾਂਗਰਸ ਨੂੰ ਸਟੇਬਲ ਤੇ ਸਬੀਸ਼ੀਐਂਟ ਐਨੂਅਲ ਅਪਰੋਪਰੀਏਸ਼ਨਸ ਦੇਣੀਆਂ ਚਾਹੀਦੀਆਂ ਹੈਗੀਆਂ ਤੇ ਬਾਇਰਨ ਅਕੈਡਮਿਸਟ੍ਰੇਸ਼ਨ ਨੇ ਇੱਕ ਜੋ ਇਨੀਸ਼ੀਏਟਿਵ ਵੀ ਲਿਆਂਦਾ ਹੈਗਾ ਆ ਉਹਦੇ ਤਹਿਤ 7 ਟ੍ਰਿਲੀਅਨ ਆਉਣ ਵਾਲੇ ਦਸਾਂ ਸਾਲਾਂ ਦੇ ਵਿੱਚ ਇੱਕ ਦਹਾਕੇ ਦੇ ਵਿੱਚ ਇਹ ਇਹਦੇ ਤੇ ਵਰਕਆਊਟ ਕੀਤਾ ਜਾਊਗਾ ਆ ਆਈਆਰਐਸ ਪ੍ਰਾਇੋਰਟਾਈਜ਼ ਕਰ ਰਹੀ ਆ ਉਹਨਾਂ ਲੋਕਾਂ ਨੂੰ ਹਾਇਰ ਕਰਦੇ ਨੇ ਜਿਹੜੇ ਆਡਿਟ ਕਰਨਗੇ ਵੱਡੀਆਂ ਕਾਰਪੋਰੇ ਕਾਰਪੋਰੇਸ਼ਨਸ ਨੂੰ ਕੰਪਲੈਕਸ ਬਿਜ਼ਨਸ ਪਾਰਟਨਰਸ਼ਿਪ ਨੂੰ ਤੇ ਏਜੰਸੀ ਨੇ ਆਲਰੇਡੀ 38 ਮਿਲੀਅਨ ਡਾਲਰ 175 ਦੇ ਕਰੀਬ ਜੋ ਡਿਲੀਨਕਵੈਂਟ ਟੈਕਸ ਕੇਸਸ ਸੀਗੇ ਅਮੀਰ ਲੋਕਾਂ ਦੇ ਉਹਨਾਂ ਤੋਂ ਆਲਰੇਡੀ ਪੈਸੇ ਇਕੱਠੇ ਕਰ ਲੈ ਹੈਗੇ ਆ ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਲਿਊਟਨੈਂਟ ਗਵਰਨਰ ਜਿਹੜੇ ਆ ਤੇ ਹੋਰ ਕੈਲੀਫੋਰਨੀਆ ਦੇ ਟੌਪ ਦੇ ਪੋਲੀਟਿਸ਼ੀਅਨਸ ਪੌਪ ਸਿੰਗਰ ਟੇਲਰਸ ਸਵਿਫਟ ਆ ਉਸ ਨੂੰ ਇਹਦੇ ਆ ਵੀ ਉਹ ਆਪਣਾ ਜਿਹੜਾ ਸ਼ੋਅ ਵਾ ਉਹ ਪੋਸਟਪੋਨ ਕਰ ਦੇਵੇ ਐਲ ਏ ਦੇ ਵਿੱਚ ਉਸਨੇ ਕਾਨਸਰਟਸ ਕਈ ਕਰਨੇ ਆ ਇਸ ਮੌਕੇ ਹੋਟਲ ਵਰਕਰਸ ਦੇ ਦੁਆਰਾ ਸਟ੍ਰਾਈਕ ਕੀਤੀ ਜਾ ਰਹੀ ਆ ਇਹ ਜਿਹੜੇ ਪੋਲੀਟੀਸ਼ੀਅਨਸ ਇਸੇ ਤਹਿਤ ਟੇਲਰ ਸਵਿਫਟ ਨੂੰ ਗੁਹਾਰ ਲਾ ਰਹੇ ਆ ਲੁਟਿਨੈਂਟ ਗਵਰਨਰ ਅਲੀਨੀ ਕਲੋਨਲ ਕੇਸ ਜਿਹੜੀ ਕਿ ਡੈਮੋਕ੍ਰੇਟ ਪਾਰਟੀ ਵੱਲੋਂ ਆ ਤੇ ਨਾਲ ਇਸ ਤੋਂ ਇਲਾਵਾ ਕਹਿੰਦੇ ਵੀ ਦਰਜਨਾ ਹੀ ਹੋ ਰਿਹਾ ਇਲੈਕਟਡ ਅਫੀਸ਼ੀਅਲਸ ਉਹਨਾਂ ਨੇ ਅੱਜ ਇੱਕ ਕੈਂਪੇਨ ਜੋ ਆਰਗੇਨਾਈਜ਼ ਕੀਤਾ ਗਿਆ ਯੂਨਾਈਟ ਹੇਅਰ ਲੋਕਲ 11 ਦੇ ਦੁਆਰਾ ਉਸ ਦੇ ਵਿੱਚ ਸਾਈਨ ਕਰਕੇ ਕੇ ਲੈਟਸ ਸਵਿਫਟ ਨੂੰ ਇਹ ਗੁਹਾਰ ਲਈ ਆ ਉਸ ਨੇ 6 ਸੋਲਡ ਆਊਟ ਸ਼ੋ ਜਿਹੜੇ ਐਂਗਲਵੁੱਡ ਸੋਫਾਈ ਸਟੇਡੀਅਮ ਆ ਉਸ ਵਿੱਚ ਕਰਨੇ ਆ ਤੇ ਆਉਂਦੇ ਵੀਰਵਾਰ ਤੋਂ ਇਹ ਸ਼ੁਰੂ ਹੋਣ ਜਾ ਰਹੇ ਆ ਸੋ ਜਦੋਂ ਹੋਟਲ ਦੇ ਵਿੱਚ ਲੋਕ ਸਟ੍ਰਾਈਕ ਕਰਦੇ ਹੋਣਗੇ ਤਾਂ ਬਹੁਤ ਸਾਰੇ ਲੋਕ ਬਾਹਰੋਂ ਵੀ ਆਉਂਦੇ ਆ ਇਹ ਐਸਟੇ ਸ਼ੋਅ ਦੇਖਣ ਲਈ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਣਗੇ ਤਾਂ ਉਹਨਾਂ ਨੂੰ ਕਹਿੰਦੇ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਜਿਹੜੇ ਹੋਟਲ ਦੇ ਵਿੱਚ ਕੰਮ ਕਰਨ ਵਾਲੇ ਉਹ ਇਸ ਵੀ ਸਟ੍ਰਾਈਕ ਕਰ ਰਹੇ ਆ ਕਹਿੰਦੇ ਵੀ ਅਸੀਂ ਆਪਣੀ ਲਿਵਿੰਗ ਵੇਜ ਦੇ ਲਈ ਸਟ੍ਰਾਈਕ ਕਰ ਰਹੇ ਹਾਂ ਸੋ ਉਹਨੇ ਦੇਖਣਾ ਹੋਊਗਾ ਵੀ ਕੀ ਇਸ ਦੇ ਬਾਬਤ ਹੋਣ ਕਿਉਂਕਿ ਇਹ ਲਾਈਮਲਾਈਟ ਚ ਆਏ ਆ ਟੇਲਰ ਸਵਿਫਟ ਦੇ ਸ਼ੋਅ ਕਰਕੇ ਵੀ ਆਪਣੀ ਸਟ੍ਰਾਈਕ ਦੇ ਚੱਲਦੇ ਆ ਵੀ ਟੇਲਰ ਸਵਿਫਟ ਇਸ ਨੂੰ ਮੰਨਦੀ ਆ ਜਾਂ ਨਹੀਂ ਮੰਨਦੀ ਯਾ ਇਹਦੇ ਦਬਾਅ ਅਧੀਨ ਕੋਈ ਸਮਝੌਤਾ ਇੰਨਾ ਚ ਹੋ ਜਾਂਦਾ ਹੈ ਅਗਲੀ ਖਬਰਾਂ ਚਲੀਏ